ਪੰਜਾਬ ਰਾਜ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਸੂਬਾ ਪੱਧਰੀ ਖੇਡਾਂ ਸਕਾਈ ਮਾਰਸ਼ਲ ਆਰਟ 'ਚ ਜ਼ਿਲ੍ਹਾ ਰੂਪਨਗਰ ਦੇ 4 ਖਿਡਾਰੀਆਂ ਨੇ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ, ਜਿਸ ਵਜੋਂ ਸਕੂਲ ਪ੍ਰਬੰਧਕਾਂ ਵੱਲੋਂ ਇਹਨਾਂ ਜੇਤੂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਅਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿਛਲੇ 2 ਸਾਲਾਂ ਤੋਂ ਸਾਡੇ ਸਕੂਲ 'ਚ ਮਾਰਸ਼ਲ ਆਰਟ ਦੀ ਤਿਆਰੀ ਬੱਚਿਆਂ ਨੂੰ ਕਰਵਾਉਣੀ ਸ਼ੁਰੂ ਕੀਤੀ ਹੈ ਅਤੇ ਪਿਛਲੇ ਸਾਲ ਵੀ ਸਾਡੇ ਬੱਚੇ ਸਟੇਟ ਲੈਵਲ 'ਤੇ ਜਿੱਤੇ ਅਤੇ ਓਰੀਜਨਲ ਲੈਵਲ 'ਤੇ ਵੀ ਉਹ ਗੋਲਡ ਮੈਡਲ ਜਿੱਤ ਲੈ ਕੇ ਆਏ। ਇਸ ਸਾਲ ਵੀ ਸਾਡੇ ਜਿਹੜੇ 4 ਬੱਚੇ ਹੈ ਇਹਨਾਂ ਨੇ ਸਟੇਟ ਲੈਵਲ 'ਤੇ ਗੋਲਡ ਮੈਡਲ ਜਿੱਤਿਆ ਹੈ, ਨੈਸ਼ਨਲ ਵਾਸਤੇ ਜਾਣਗੇ। ਮੈਨੂੰ ਪੂਰੀ ਉਮੀਦ ਹੈ ਕਿ ਨੈਸ਼ਨਲ ਲੈਵਲ 'ਤੇ ਵੀ ਬਹੁਤ ਅੱਛੀ ਪਰਫੋਰਮੈਂਸ ਦੇਣਗੇ, ਪੰਜਾਬ ਵਾਸਤੇ ਗੋਲਡ ਮੈਡਲ ਅਤੇ ਹੋਰ ਜਿਹੜਾ ਹੈ ਇਨਾਮ ਲੈ ਕੇ ਆਉਣਗੇ ਅਤੇ ਪੰਜਾਬ ਦਾ ਸਿਰ ਉੱਚਾ ਕਰਨਗੇ। ਇਹ ਸਾਡੇ ਨੇਤਾ ਜੀ ਮਾਡਲ ਸਕੂਲ ਨੂੰ ਜਾਂਦਾ, ਸਾਡੇ ਡਾਇਰੈਕਟਰ ਸਰ ਨੂੰ ਖਾਸ ਕਰ ਅਤੇ ਸਾਡੇ ਰਮਨ ਸਰ ਜਿਨ੍ਹਾਂ ਨੇ ਸਾਨੂੰ ਬਹੁਤ ਅੱਛੀ ਕੋਚਿੰਗ ਦਿੱਤੀ ਹੈ, ਉਹਨਾਂ ਕਰਕੇ ਅਸੀਂ ਸਟੇਟ ਲੈਵਲ 'ਤੇ ਪਹੁੰਚੇ ਹਾਂ ਅਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਨੈਸ਼ਨਲ ਲੈਵਲ 'ਤੇ ਵੀ ਕਾਫੀ ਵਧੀਆ ਪਰਫੋਰਮੈਂਸ ਦੇਣਾ ਚਾਹੁੰਦੀ ਤਾਂ ਕਿ ਮੈਂ ਆਪਣੇ ਦੇਸ਼ ਦਾ ਅਤੇ ਆਪਣੇ ਸਕੂਲ ਦਾ ਨਾਮ ਉੱਚਾ ਕਰ ਸਕਾਂ। ਨੇਤਾ ਜੀ ਮਾਡਲ ਸਕੂਲ ਰੋਪੜ ਦਾ ਨਾਮ ਬਹੁਤ ਹੀ ਉੱਚੇ ਅਹੁਦੇ 'ਤੇ ਲਗਾਇਆ। ਸ਼ੁਰੂ ਤੋਂ ਬਚਪਨ ਤੋਂ ਹੀ ਸੁਪਨਾ ਸੀਗਾ ਕਿ ਮੈਂ ਆਪਣੇ ਦੇਸ਼ ਲਈ ਕੁਛ ਕਰਾਂ ਅਤੇ ਹੁਣ ਉਹ ਸੁਪਨਾ ਪੂਰਾ ਹੋਣ ਜਾ ਰਿਹਾ। ਹੁਣ ਮੈਨੂੰ ਇੱਕ ਮੌਕਾ ਮਿਲਿਆ ਕਿ ਮੈਂ ਆਪਣੇ ਦੇਸ਼ ਦਾ ਨਾਮ ਉੱਚਾ ਕਰਾਂ ਤਾਂ ਫਿਰ ਇਸ ਸਕੇ ਮਾਰਸ਼ਲ ਆਰਟ ਕੰਪੀਟੀਸ਼ਨ ਨੂੰ ਨੈਸ਼ਨਲ ਲੈਵਲ 'ਤੇ ਜਿੱਤ ਕੇ ਤਾਂ ਫਿਰ ਮੈਂ ਆਪਣਾ ਦੇਸ਼ ਦਾ ਨਾਮ ਰੋਸ਼ਨ ਕਰੂੰਗੀ ਅਤੇ ਆਪਣੇ ਸਕੂਲ ਦਾ ਨੇਤਾ ਜੀ ਮਾਡਲ ਸਕੂਲ ਦਾ ਨਾਮ ਰੋਸ਼ਨ ਕਰੂੰਗੀ। ਥੈਂਕ ਯੂ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ, ਚੈਨਲ 2।